ਨਾਜ਼ਰੀਨ, ਲੌਂਗ ਮਾਰਚ ਰੋਕਣ ਲਈ ਲਾਹੌਰ ਅਤੇ ਰਾਵਲਪਿੰਡੀ ਸਮੇਤ ਪੰਜਾਬ ਭਰ ਵਿੱਚ ਪੁਲਿਸ ਦਾ ਕਰੈਕਡਾਊਨ ਜਾਰੀ ਹੈ, ਜਦਕਿ ਜਲਸਿਆਂ 'ਤੇ ਪਾਬੰਦੀ ਆਇਦ ਕਰ ਦਿੱਤੀ ਗਈ ਹੈ। ਦਰਸ਼ਨਾ ਕਾਰਕੁਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਇਸ ਹਵਾਲੇ ਮਜ਼ੀਦ ਤਫਸੀਲਾਂ ਜਾਣਨ ਲਈ ਅਸੀਂ ਰਾਬਤਾ ਕੀਤਾ ਆਪਣੇ ਨੁਮਾਇੰਦੇ ਫਰਹਾਨ ਚੌਧਰੀ ਨਾਲ। ਜੀ ਫਰਹਾਨ, ਤੁਹਾਡੇ ਕੋਲ ਇਸ ਹਵਾਲੇ ਨਾਲ ਮਜ਼ੀਦ ਕੀ ਤਫਸੀਲਾਤ ਨੇ? ਜੀ, ਮੈਂ ਵੀ ਲਾਹੌਰ ਪੁਲਿਸ ਵੱਲੋਂ ਮੁਸਲਿਮ ਨੂਨ ਦੇ ਰਹਿਨੁਮਾਵਾਂ ਅਤੇ ਕਾਰਕੁਨਾਂ ਦੀ ਗ੍ਰਿਫਤਾਰੀ ਦੇ ਛਾਪਿਆਂ ਦਾ ਸਿਲਸਿਲਾ ਬਦਸਤੂਰ ਜਾਰੀ ਹੈ। ਪੁਲਿਸ ਰਾਏ ਦੇ ਮੁਤਾਬਕ ਲਾਹੌਰ 'ਚੋਂ ਹੁਣ ਤੱਕ 249 ਦੇ ਕਰੀਬ ਅਪਰਾਧ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਕਾਰਕੁਨਾਂ ਨੂੰ ਕੈਂਟ ਸਰਕਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਲਾਹੌਰ ਵਿੱਚ ਕੈਂਟ ਸਰਕਲ ਪੁਲਿਸ ਨੇ ਆਪਰੇਸ਼ਨ ਦੇ ਦੌਰਾਨ 80, ਸਿਵਲਨ ਸਰਕਲ ਪੁਲਿਸ ਨੇ 60, ਜਦਕਿ ਚਿੜੀ ਸਰਕਲ ਪੁਲਿਸ ਨੇ 50 ਦੇ ਕਰੀਬ ਅਪਰਾਧ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਣ ਵਾਲੇ ਅਪਰਾਧ ਵਿੱਚ ਜ਼ਿਆਦਾਤਰ ਕਾਰਕੁਨਾਂ ਦੇ ਕਰੀਬੀ ਰਿਸ਼ਤੇਦਾਰ ਸ਼ਾਮਲ ਨੇ। ਕਾਰਕੁਨਾਂ ਨੂੰ 16 MPO ਦੇ ਤਹਿਤ ਮੁਕਦਮਾ ਦਰਜ ਕਰਕੇ ਜ਼ਿਲ੍ਹਾ ਇੰਪੀਓ ਲਿਆ ਜਾ ਰਿਹਾ ਹੈ, ਜਦਕਿ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਬਿਆਨੇ ਅਰਜ਼ੀ ਲੈ ਕੇ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਬਖਬਰ ਜ਼ਰਾਏ ਦੇ ਮੁਤਾਬਿਕ ਜਿਨ ਅਫਰਾਦ ਕੋਲੋਂ ਬਿਆਨੇ ਅਰਜ਼ੀ ਲਏ ਜਾ ਰਹੇ ਨੇ ਉਹਨਾਂ ਕੋਲੋਂ ਇਹ ਚੀਜ਼ ਲੁਕਾਈ ਜਾ ਰਹੀ ਹੈ ਕਿ ਉਹ ਕਿਸੇ ਵੀ ਕਿਸਮ ਦੇ ਲੌਂਗ ਮਾਰਚ ਜਾਂ ਸਿਆਸੀ ਐਕਟੀਵਿਟੀ ਦੇ ਵਿੱਚ ਹਿੱਸਾ ਨਹੀਂ ਲੈਣਗੇ, ਜਦਕਿ ਗ੍ਰਿਫਤਾਰੀ ਲਈ ਮਾਰੇ ਜਾਣ ਵਾਲੇ ਛਾਪਿਆਂ ਦੇ ਦੌਰਾਨ ਕਾਰਕੁਨਾਂ ਅਤੇ ਰਹਿਨੁਮਾਵਾਂ ਦੇ ਅਹਿਦੇਕਾਰਾਂ ਨਾਲ ਬਦਤਮੀਜ਼ੀ ਵੀ ਕੀਤੀ ਜਾ ਰਹੀ ਹੈ। ਗ੍ਰਿਫਤਾਰੀਆਂ ਲਈ ਰਿਜ਼ਰਵ ਪੁਲਿਸ ਦੀ ਭਾਰੀ ਨਫਰੀ ਮੰਗਵਾ ਕੇ ਹਰ ਪੁਲਿਸ ਸਟੇਸ਼ਨ ਵਿੱਚ ਤੈਨਾਤ ਕੀਤੀ ਗਈ ਹੈ। ਪੁਲਿਸ ਰਾਏ ਦਾ ਗ੍ਰਿਫਤਾਰੀਆਂ ਦੇ ਹਵਾਲੇ ਨਾਲ ਕਹਿਣਾ ਹੈ ਕਿ ਹੁਣ ਤੱਕ ਕੋਈ ਵੀ ਕਾਬਲੇ ਜ਼ਿਕਰ ਰਹਿਨੁਮਾ ਗ੍ਰਿਫਤਾਰ ਨਹੀਂ ਹੋਇਆ। ਤਾਹਮ, ਜਿਨ ਰਹਿਨੁਮਾਵਾਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ ਨੇ ਉਹਨਾਂ ਦੇ ਵਿੱਚ ਮੁਸਲਿਮ ਲੀਗ ਨੂਨ ਦੇ ਫਰਾਂਸ ਸੈਕਟਰੀ ਪਰਵੇਜ਼ ਮਲਕ, ਜਨਰਲ ਗਰੁੱਪ ਹਾਰ ਰੋਡ ਦੇ ਸਦਰ ਬਾਬਰ ਮਹਿਮੂਦ, ਬਲਾਲ ਯਾਸੀਨ, ਅਰਸ਼ਦ ਚੌਧਰੀ, ਮੈਂਬਰ ਕੌਮੀ ਅਸੈਂਬਲੀ ਨਸੀਰ ਭੁੱਟਾ ਤੇ ਸਾਬਕ ਵਜ਼ੀਰ ਜ਼ਿਲ੍ਹਾ ਸਾਰਾ ਜਾਟ ਅਬਦੁਲ ਗਫੂਰ ਮਿਊ ਸ਼ਾਮਲ ਨੇ। ਇਹਦੇ ਇਲਾਵਾ ਮੁਸਲਿਮ ਲੀਗ ਨੂਨ ਨਾਲ ਤਲਕ ਰੱਖਣ ਵਾਲੇ ਨਾਜ਼ਮੀਨ ਤੇ ਕੌਂਸਲਾਂ ਦੇ ਘਰਾਂ ਵਿੱਚ ਛਾਪਿਆਂ ਦਾ ਸਿਲਸਿਲਾ ਜਾਰੀ ਹੈ। ਪੁਲਿਸ ਰਾਏ ਦੇ ਮੁਤਾਬਿਕ ਛਾਪਿਆਂ ਦਾ ਇਹ ਸਿਲਸਿਲਾ ਬਦਸਤੂਰ ਜਾਰੀ ਰਹੇਗਾ। ਜੀ ਅੱਛਾ ਫਰਾਂ, ਤੁਸੀਂ ਇਹ ਵੀ ਦੱਸੋ ਕਿ ਕਈ ਕਾਰਕੁਨਾਂ ਨੂੰ ਰਿਹਾ ਕਰਨ ਦੀ ਵੀ ਇਤਲਾਫ ਮੌਸੂਲ ਹੋਈਆਂ ਨੇ, ਇਸ ਬਾਰੇ ਤੁਹਾਡੇ ਕੋਲ ਮਜ਼ੀਦ ਕੀ ਤਫਸੀਲਾਤ ਨੇ? ਜੀ, ਕਾਰਕੁਨਾਂ ਨੂੰ ਰਿਹਾ ਨਹੀਂ ਕੀਤਾ ਗਿਆ, ਅਕਸਰ ਕਾਰਕੁਨਾਂ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਪੁਲਿਸ ਬਿਆਨੇ ਹਲਕੀ ਜਾ ਰਹੀ ਹੈ। ਔਰ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਹਾਂ ਕਿ ਇਤਲਾਹੀ ਬਾਖਬਰ ਜ਼ਰਾਏ ਦੇ ਮੁਤਾਬਿਕ ਉਸ ਬਿਆਨੇ ਹਲਕੀ ਦੇ ਲਿਖਵਾਏ ਜਾ ਰਹੇ ਕਿ ਉਹ ਅਪਰਾਧ ਕਿਸੇ ਵੀ ਕਿਸਮ ਦੇ ਲੌਂਗ ਮਾਰਚ ਜਾਂ ਸਿਆਸੀ ਐਕਟੀਵਿਟੀ ਦੇ ਵਿੱਚ ਹਿੱਸਾ ਨਹੀਂ ਲੈਣਗੇ, ਉਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਜੀ ਅੱਛਾ ਫਰਾਂ, ਤੁਸੀਂ ਇਹਦੇ ਨਾਲ ਇਹ ਵੀ ਦੱਸੋ ਕਿ ਜਿੰਨਾ ਅਰਕਾਨ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਕੁੱਲ ਤਾਦਾਦ ਕਿੰਨੀ ਹੈ? ਜਿਹੜੇ ਅਪਰਾਧ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਤਾਦਾਦ 249 ਦੇ ਕਰੀਬ ਹੈਗੀ ਹੈ, ਜਿਹਦੇ ਚੋਂ ਕੈਂਟ ਸਰਕਲ ਪੁਲਿਸ ਨੇ 80 ਅਪਰਾਧ, ਸਿਵਲਨ ਸਰਕਲ ਪੁਲਿਸ ਨੇ 60 ਅਪਰਾਧ, ਜਦਕਿ ਸਿਟੀ ਸਰਕਲ ਪੁਲਿਸ ਨੇ 50 ਦੇ ਕਰੀਬ ਅਪਰਾਧ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਦਿਗਰ ਅਪਰਾਧ ਨੂੰ ਲਾਹੌਰ ਦੇ ਬਾਕੀ ਥਾਣੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੀ ਅੱਛਾ ਫਰਾਂ, ਤੁਸੀਂ ਇਹਦੇ ਨਾਲ ਇਹ ਵੀ ਦੱਸਦੇ ਚਾਹੋ ਕਿ ਮੁਸਲਿਮ ਲੀਗ ਤੇ MNA MPA ਨੂੰ ਉਹਨਾਂ ਦੇ ਮੋਬਾਈਲ ਫੋਨ ਦੇ ਜ਼ਰੀਏ ਟਰੇਸ ਕਰਨ ਲਈ ਖੁਫੀਆ ਅਦਾਰਿਆਂ ਦੀ ਮਦਦ ਦਿੱਤੀ ਜਾ ਰਹੀ ਹੈ, ਇਸ ਬਾਰੇ ਤੁਸੀਂ ਕੀ ਮਜ਼ੀਦ ਤਫਸੀਲਾਂ ਦੱਸੋਗੇ? ਜੀ, ਪੁਲਿਸ ਰਾਏ ਦਾ ਕਹਿਣਾ ਹੈ ਕਿ ਜਿਨ ਮੁਸਲਿਮ ਲੀਗ ਨੂਨ ਦੇ ਅਕਸਰ ਰਹਿਨੁਮਾਵਾਂ ਔਰ ਕਾਰਕੁਨਾਂ ਨੂੰ ਇਹ ਪੁਲਿਸ ਆਪਰੇਸ਼ਨ ਦੀ ਇਤਲਾਹ ਪਹਿਲੇ ਤੋਂ ਮਿਲ ਚੁੱਕੀ ਸੀ, ਲਿਹਾਜ਼ਾ ਉਹ ਆਪਣੇ ਮੋਬਾਈਲ ਫੋਨ ਬੰਦ ਕਰਕੇ ਰੂਪੋਸ਼ ਹੋ ਚੁੱਕੇ ਨੇ ਔਰ ਹੁਣ ਤੱਕ ਕੋਈ ਵੀ ਕਾਬਲੇ ਜ਼ਿਕਰ ਰਹਿਨੁਮਾ ਗ੍ਰਿਫਤਾਰ ਨਹੀਂ ਕੀਤਾ ਗਿਆ। ਤਾਂ ਇਸ ਹਵਾਲੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮੋਬਾਈਲ ਫੋਨ ਦੇ ਜ਼ਰੀਏ ਉਹਨਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ, ਲੇਕਿਨ ਹੁਣ ਤੱਕ ਮੁਸਲਿਮ ਲੀਗ ਨੂਨ ਦਾ ਕੋਈ ਵੀ ਰਹਿਨੁਮਾ ਜਾਂ MPA ਜਾਂ MNA ਗ੍ਰਿਫਤਾਰ ਨਹੀਂ ਹੋਇਆ। ਜੀ ਅੱਛਾ ਫਰਾਂ, ਤੁਸੀਂ ਇਹ ਵੀ ਦੱਸੋ ਕਿ ਮੁਸਲਿਮ ਲੀਗ ਨੂਨ ਦੇ ਰੁਕਨ ਸੂਬਾਈ ਅਸੈਂਬਲੀ ਖਲੀਲ ਤਾਹਿਰ ਸਿੰਧੂ ਤੇ ਮੀਆਂ ਅਬਦੁਲ ਮਨਾਨ ਦੇ ਘਰ ਤੇ ਪੁਲਿਸ ਨੇ ਛਾਪਾ ਮਾਰੇ, ਕੋਈ ਗ੍ਰਿਫਤਾਰੀ ਅਮਲ ਵਿੱਚ ਆਈ ਹੈ? ਜੀ ਨਹੀਂ, ਹੁਣ ਤੱਕ ਕੋਈ ਗ੍ਰਿਫਤਾਰੀ ਅਮਲ 'ਚ ਨਹੀਂ ਆਈ। ਅਲਬੱਤਾ ਪੁਲਿਸ ਨੇ ਉਹਨਾਂ ਦੇ ਅਹਿਦੇ ਖਾਨਾ ਦੇ ਨਾਲ ਕਾਫੀ ਬਦਤਮੀਜ਼ੀ ਕੀਤੀ ਹੈ। ਇਸ ਤੋਂ ਇਲਾਵਾ ਹੁਣ ਤੋਂ ਕੁਝ ਹੀ ਦੇਰ ਪਹਿਲੇ ਸਾਬਕ ਸੂਬਾਈ ਵਜ਼ੀਰ ਜੇਲ੍ਹ ਖਾਨਾ ਜਾਟ ਅਬਦੁਲ ਗਫੂਰ ਮਿਊ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਔਰ ਉਹਨਾਂ ਦੇ ਅਹਿਦੇ ਖਾਨਾ ਦੇ ਨਾਲ ਬਦਤਮੀਜ਼ੀ ਕੀਤੀ ਹੈ, ਲੇਕਿਨ ਉਹ ਤੇ ਇਸ ਤੋਂ ਪਹਿਲੇ ਰਿਪੋਰਟ ਹੋ ਚੁੱਕੇ ਨੇ ਔਰ ਉਹ ਗ੍ਰਿਫਤਾਰ ਨਹੀਂ ਹੋ ਸਕੇ। ਜੀ ਫਰਹਾਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਨਾਜ਼ਰੀਨ, ਐਸ ਅਨਸਾਰ ਨੁਮਾਇੰਦੇ ਫਰਹਾਨ ਚੌਧਰੀ ਜਿਹੜੇ ਸਾਨੂੰ ਮੁਸਲਿਮ ਲੀਗ ਨੂਨ ਦੇ ਕਾਰਕੁਨਾਂ ਦੀ ਗ੍ਰਿਫਤਾਰੀ ਬਾਰੇ ਅਪਡੇਟ ਕਰੇ ਸਨ। ਐਸ ਅਨ ਹੁਣ ਤੱਕ ਦੀ ਅਪਡੇਟ, ਮਜ਼ੀਦ ਖਬਰਾਂ ਤੇ ਅਪਡੇਟਸ ਲਈ ਵੇਖਦੇ ਰਹੋ ਪੰਜਾਬ TV।